थोड़ा जल लेट आया बट बढ़िया, क्या हूँ, क्या इट्स बात वर्क, है, इट्स वर्क बट इट्स थैंक गुड, यू सो बढ़िया मच, है। थैंक यू सो मच। हाँ जी सर, ऑल ऑफ द मीडिया, सो तुसी जे भी कोई क्वेश्चन पूछने हैं एंड इस रिकॉर्ड तक हेलो माइक्रोफोन जी। हेलो, हर समुद्री सत श्री अकाल जी, इधर मेरे इधर ऊपर जमा। हाँ जी, हाँ जी, सत श्री अकाल जी, कितना मेरे ठीक ठाक है, चढ़ती चढ़ती कला कला, जी, हाँ जी, हाँ जी, चढ़ती कला, मालक दी कृपा, वेख ली। हाँ हाँ वधिया वधिया मेरी चढ़ती कला। अच्छा ना, जिदा असि जो भी किसी मिलते हैं थोड़ा ना आता है ना, तो जोड़ी फिल्म का जिक्र भी होंगे, तो उस जोशीले करैक्टर का जिक्र जरूर होंगे, तो यह करैक्टर जो सत्त करैक्टर किए थे निशा मैम दस रहे थे, तुम लगता है ये करैक्टर जोशीले से हावी होने के थोड़ी कितने जहन जोशीले का करैक्टर होंगे सर, भी यार ये करैक्टर तो हावी होने चाहिए है। नहीं हावी नहीं, मेरी कोशिश ये होंगी है कि बैटर करिए हमेशा ही, तो गल रही वो डिफरेंट सी चीज़ है, पर मेरे लिए जो सब तो ज्यादा मुश्किल काम सी वो ये सीगा कि मैं बहुत ही हंडे हुए आर्टिस्टा की एक्टिंग करी जाता सी उहदे च, सो दैट वॉज वेरी हार्ड पार्ट फॉर मी, तो अदरवाइज सारा कुछ स्मूथ ही चलिया, जिवें दस्या निशा जी ने भी इन्हां वेले मैनूं थोड़ा जिहा औखा हुंदा हुंदा सी काम, फिर मैं दो तीन बारी सुनील को फोन लाया, मैं भरावा तू दस दे मैनू किस करा मैं मेरी हेल्प कर दे मेरे हसबेंड नू, ते ये भूत वाला आइडिया भी सानू इन्हां ने दित्ता सी, कहिंदा मैं देखदा मॉर्निंग इन्हां नू एवरी डे सेम सूट करदे आ पूरे सब तो नखरे की ज्यादा लगे कि करैक्टर से नखरे नहीं कोई भी, ये बहुत वेरी प्रोफेशनल भी है ते बहुत मिलापड़े भी है, जदों असी काम करना शुरू किया फिल्म से ਤੇ ਸਾਨੂੰ ਮਤਲਬ ਵਿਦ ਇਨ ਫਿਊ ਮਿੰਟਸ ਸਾਰੇ ਕਲਿੱਕ ਹੋ ਗਏ ਸੀ ਕਿ ਹਾਂ ਸਾਨੂੰ ਐਂ ਲੱਗਿਆ ਨਹੀਂ ਆ ਯਾਰ ਵੀ ਕੌਣ ਇਹ ਮੈਂਡੀ ਆ, ਜਾਂ ਮੈਂ ਤਾਂ ਚਲੋ ਹੈ ਨਹੀਂ ਕੁਛ ਇੰਨਾ ਵੱਡਾ, ਇਹ ਨਿਸ਼ਾ ਜਾਂ ਕਰਮਜੀਤ ਭਾਜੀ ਆ ਜਾਂ ਸੁਖੀ ਚੌਲ ਭਾਜੀ ਆਏ ਨੀ, ਅੱਛਾ ਬੋਂਬੇ, ਉਹਨਾਂ ਉਹ ਬਾਕਮਾਲ ਐਕਟਰ ਨੇ, ਉਹਨਾਂ ਦੀ ਐਕਟਿੰਗ ਕਰਨੀ ਬੜੀ ਔਖੀ ਲੱਗੀ, ਸੋ ਪਰ ਅਦਰਵਾਈਜ਼ ਇਹ ਹੈਲਪਫੁਲ ਬਹੁਤ ਨੇ ਸਾਰੇ, ਕਿਉਂਕਿ ਇਹਨਾਂ ਨੇ ਬੜੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ, ਇੱਕ ਇਹ ਆ ਵੀ ਸਾਡੇ ਹਰਜੋਤ ਭਾਜੀ ਬਹੁਤ ਬਾਕਮਾਲ ਐਕਟਰ ਹੈ, ਕਿਉਂਕਿ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦੇ ਹਾਂ ਆਪਾਂ ਨੂੰ ਇੱਕ ਦੋ ਦਿਨ 'ਚ ਪਤਾ ਲੱਗ ਜਾਂਦਾ ਕਿ ਕਿੱਥੇ ਜੇ ਜਾ ਰਹੇ ਹਾਂ, ਕਿੰਨਾ ਕੁ ਸੀਰੀਅਸ ਕੰਮ ਹੋ ਰਿਹਾ ਜਾਂ ਕਿਹੜੇ ਲੈਵਲ ਦਾ ਕੰਮ ਹੋ ਰਿਹਾ, ਜਦੋਂ ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਹਾਂ ਵੀ ਠੀਕ ਕੰਮ ਹੋ ਰਿਹਾ, ਹਰਜੋਤ ਭਾਜੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਕਿਉਂਕਿ ਅਸੀਂ ਤਾਂ ਦੋ ਤਿੰਨ ਕੁ ਮਹੀਨੇ ਪਹਿਲੇ ਚਲ ਗਏ ਸੀ ਆਸਟ੍ਰੇਲੀਆ, ਉੱਥੇ ਸਾਡਾ ਜਿਹੜਾ ਪ੍ਰੀ ਜਿਹੜਾ ਸੀਗਾ ਤਿਆਰੀਆਂ ਸੀਗੀਆਂ ਜਿਹੜੀਆਂ ਉਹ ਵਧੀਆ ਹੋਈਆਂ ਹੋਈਆਂ ਸੀ, ਤੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ, ਨਹੀਂ ਅਦਰਵਾਈਜ਼ ਆਰਟਿਸਟਾਂ ਨੂੰ ਇਹ ਹੁੰਦਾ ਕਿ ਯਾਰ ਆਪਾਂ ਪੈਸੇ ਲਈਏ ਤੇ ਜਾਈਏ, ਸੋ ਇਹਨਾਂ ਵੱਲੋਂ ਇਹ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਇਹਨਾਂ ਨੇ ਪੂਰਾ ਸਾਥ ਦਿੱਤਾ ਹੁੰਦਾ। ਅੱਛਾ ਨਾ, ਜਿੱਦਾਂ ਫਿਲਮ ਦੇ ਵਿੱਚ ਇੱਛਾ ਦੀ ਗੱਲ ਕੀਤੀ ਗਈ ਹੈ ਹਨਾ, ਇਹ ਕਹਾਣੀ ਦੀ ਡਿਮਾਂਡ ਸੀ ਕਿ ਮੈਂਡੀ ਹੋਣਾ ਬਹੁਤ ਚਾਹੁੰਦੇ ਸੀ, ਜਾਂ ਤੁਹਾਡੀ ਇੱਛਾ ਸੀ ਵੀ ਨਹੀਂ ਯਾਰ ਮੈਂਡੀ ਹੋਣੇ ਚਾਹੀਦੇ ਨੇ? ਮੈਂਡੀ ਸੋਹਣੀ ਬਹੁਤ ਹੈ ਯਾਰ, ਇਹ ਸਾਡੀ ਕਹਾਣੀ ਦੀ ਡਿਮਾਂਡ ਹੈ, ਕਿਉਂਕਿ ਇੱਕ ਨਾ ਉਹ ਭਾਜੀ ਦਾ ਜਿਹੜਾ ਡਾਇਲੋਗ ਵੀ ਹੈ ਵੀ ਧਾਕੜ ਜੀ ਆਫਿਸਰ ਹੈ, ਇਹਨੇ ਹਾਏ ਨੀ ਮੇਰੀ ਵੋਟੋ ਕਰਕੇ ਹਟੇ ਸੀ ਤੁਸੀਂ ਹਨਾ ਉਦੋਂ ਫਿਲਮ, ਸੋ ਇਹ ਥੋੜੇ ਜਿਹੇ ਭਾਰੇ ਸੀਗੇ ਉਦੋਂ, ਤੇ ਹੁਣ ਤਾਂ ਸੁੱਖ ਨਾਲ ਕਾਫੀ ਝਾੜ ਲਿਆ, ਤੇ ਉਦੋਂ ਥੋੜੇ ਜਿਹੇ ਭਾਰੇ ਸੀਗੇ, ਸੋ ਸਾਨੂੰ ਇੱਕ ਧਾਕੜ ਜੀ ਪੁਲਿਸ ਆਫਿਸਰ ਦੇ ਜਿਹੜਾ ਲੇਡੀ ਦਾ ਉਹ ਕੁੜੀ ਦਾ ਰੋਲ ਚਾਹੀਦਾ ਸੀਗਾ, ਤੋ ਮੈਂਡੀ ਜੀ ਪੂਰਾ ਉਹਦੇ ਲਈ ਸੂਟ ਕਰਦੇ ਸੀਗੇ ਤਾਂ ਕਰਕੇ ਇਹਨਾਂ ਨੂੰ ਆਪਾਂ ਲਿਆ। ਥੈਂਕ ਯੂ। ਹਾਂ ਮੈਂਡੀ, ਹੈਲੋ ਹੈਲੋ, ਹੇਅਰ ਹੇਅਰ ਹੇਅਰ, ਹਾਈ, ਫਸਟ ਆਫ ਆਲ ਫਸਟ ਆਫ ਆਲ ਕੰਗ੍ਰੈਚੁਲੇਸ਼ਨ ਟ੍ਰੇਲਰ ਦੇ ਲਈ, ਜਿਵੇਂ ਸੰਜੀਵ ਨੇ ਮੈਂਸ਼ਨ ਕੀਤਾ ਕਿ ਮੀਡੀਆ ਆਫ ਦਾ ਟ੍ਰਾਂਸਫਰਮੇਸ਼ਨ ਸੀਗੇ ਤੁਸੀਂ ਉਸ ਵੇਲੇ, ਆਪਾਂ ਜਦ ਉਸ ਵੇਲੇ ਗੱਲ ਕਰਦੇ ਹੁੰਦੇ ਸੀਗੇ ਹਨਾ, ਗੈਟਿੰਗ ਬੈਕ ਔਨ ਦ ਕੈਮਰਾ ਬਿਕੋਜ਼ ਤੁਸੀਂ ਉਸ ਨੂੰ ਕੁਝ ਹੋਰ ਲੁਕਸ ਦੇ ਲਈ ਹੋ, ਬਟ ਗੈਟਿੰਗ ਬੈਕ ਔਨ ਦ ਕੈਮਰਾ ਐਂਡ ਡੂਇੰਗ ਦਿਸ ਕੈਰੇਕਟਰ ਹੈ ਨਾ, ਇੱਕ ਕਹਿੰਦੇ ਨਾ ਕਿ ਸਪੈਸ਼ਲੀ ਜਦ ਕਿਉਂਕਿ ਆਪਾਂ ਇਸ ਇਸ਼ੂ ਬਾਰੇ ਕਿੰਨੀ ਵਾਰੀ ਗੱਲ ਕੀਤੀ ਹੈ
ਕਿ ਉਹ ਤੁਹਾਡੇ ਲਈ ਕਿੱਦਾਂ ਕੋਈ ਚੈਲੰਜ ਸੀਗਾ ਕਿ ਹਾਂ ਯਾਰ ਮੈਂ ਆਈ ਹੈਵ ਟੂ ਬੀ ਔਨ ਕੈਮਰਾ ਇਨ ਦਿਸ ਵਟਐਵਰ ਵੇ ਆਈ ਹੈਵ ਗੋਟਨ ਇਟ, ਤਾਂ ਉਹ ਆਉਣਾ ਕਿੰਨਾ ਕੁ ਮੁਸ਼ਕਿਲ ਸੀਗਾ, ਕਿੰਨਾ ਕੁ ਚੈਲੰਜਿੰਗ ਸੀਗਾ, ਤੇ ਇਹਦੇ ਨਾਲ ਐਕਸੈਪਟੈਂਸ ਕਿੰਨੀ ਕਿ ਤੁਸੀਂ ਮੰਨਦੇ ਹੋ? ਹੈਜ਼ੀਟੇਸ਼ਨ ਜ਼ਰੂਰ ਸੀ, ਬਿਕਾਜ਼ ਹਾਈ ਨੀ ਮੇਰੀ ਮੋਟੋ ਹੈਗੀ ਇੱਕ ਮੂਵੀ ਮੋਟਾਪੇ ਤੇ, ਯੂ ਨੋ, ਸੋ ਉਹਦੇ ਵਿੱਚ ਇਟਸ ਆਲ ਜਸਟੀਫਾਈਡ। ਹਾਲਾਂਕਿ ਜਦੋਂ ਮੈਂ ਉਹ ਫਿਲਮ ਦੀ ਸ਼ੂਟ ਕਰਦੀ ਸੀ ਤਾਂ ਮੈਂ ਫਸਟ ਡੇ ਆਫ ਸ਼ੂਟ ਤੇ ਜਾਂਦੀ ਸੀ, ਆਈ ਯੂਸ ਟੂ ਫੀਲ ਪੀਪਲ ਆਰ ਸਟੇਅਰਿੰਗ ਐਟ ਮੀ, ਜਾਂ ਕੋਈ ਹੱਸ ਵੀ ਰਿਹਾ, ਤਾਂ ਤੁਹਾਨੂੰ ਥੋੜ੍ਹਾ ਜਿਹਾ ਉਹ ਇੰਬੈਰਸਮੈਂਟ ਕਹਿ ਲਓ, ਜਾਂ ਥੋੜ੍ਹਾ ਜਿਹਾ ਤੁਹਾਨੂੰ ਫੀਲ ਤਾਂ ਹੁੰਦਾ ਆ, ਬਿਕਾਜ਼ ਯੂ ਸਟਿਲ ਫੀਮੇਲ, ਯੂ ਸਟਿਲ ਯੂ ਨੋ ਵੈਰੀ ਦੀਸ ਟਾਈਟ ਟੀ ਸ਼ਰਟਸ ਐਂਡ ਯੂ ਨੋ ਪੀਪਲ ਕੀ ਸੋਚ ਰਹੇ ਨੇ, ਜਾਂ ਕੀ ਗੱਲਾਂ ਕਰ ਰਹੇ ਨੇ। ਸੋ ਜਦੋਂ ਮੈਨੂੰ ਇਸ ਮੂਵੀ ਲਈ ਅਪਰੋਚ ਕੀਤਾ ਗਿਆ ਕਿ ਇਟਸ ਓਕੇ, ਐਂਡ ਮੈਂ ਇਹਨਾਂ ਨੂੰ ਦੱਸਿਆ ਵੀ, ਮੈਨੂੰ ਹਜੇ ਵੀ ਯਾਦ ਹੈ, ਮੈਂ ਹਰਜੋਤ ਜੀ ਨੂੰ ਕਿਹਾ ਕਿ ਆਈ ਥਿੰਕ ਹਫ਼ਤਾ ਕੁ ਪਹਿਲਾਂ ਕਿ ਤੁਸੀਂ ਐਕਟਰਸ ਚੇਂਜ ਕਰ ਲਓ, ਬਿਕਾਜ਼ ਆਈ ਐਮ ਜਸਟ ਆਈ ਹੈਵ ਜਸਟ ਫਿਨਿਸ਼ਡ ਹਾਈ ਨੀ ਮੇਰੀ ਮੋਟੋ। ਸੋਰੀ, ਮੈਂ ਇੱਕ ਗੱਲ ਐਡ ਕਰਨਾ, ਕੰਪਲੀਟ ਕਰ ਲੈ, ਸੋਰੀ ਸੋਰੀ ਸੋਰੀ, ਮੈਂ ਇੱਕ ਗੱਲ ਐਡ ਕਰਨ ਲੱਗਿਆ।